ਸਤਿ ਸ਼੍ਰੀ ਅਕਾਲ। ਹਾਂਜੀ ਮਿੱਤਰੋ, ਕੀ ਹਾਲ ਚਾਲ ਆ? ਵੈਲਕਮ ਹੈ ਜੀ ਤੁਹਾਡਾ ਅੱਜ ਦੇ ਵਲੋਗ 'ਚ। ਅੱਜ ਆਪਾਂ ਵਲੋਗ ਕੀਤਾ ਸ਼ਾਮ ਨੂੰ ਸ਼ੁਰੂ, ਬਿਲਕੁਲ ਸ਼ਾਮ ਨੂੰ, ਘੱਟੋ ਘੱਟ 5-6 ਦਾ ਟਾਈਮ ਹੈਗਾ। ਅਤੇ ਅਸੀਂ ਆਏ ਹੋਏ ਸੀ ਅੱਜ ਪਾਣੀ ਭਰਨ, ਕਿਉਂਕਿ ਟੂਟੀ ਤਾਂ ਸੁਬਾਹ ਚੱਲੀ ਸੀਗੀ, ਸਾਡੇ ਤੋਂ ਭਰਿਆ ਹੀ ਨਹੀਂ ਗਿਆ ਪਾਣੀ, ਸਾਨੂੰ ਟਾਈਮ ਹੀ ਨਹੀਂ ਲੱਗਾ ਗਾ। ਉਹ ਮੈਡਮ ਪਾਣੀ ਭਰੀ ਜਾਂਦੇ ਆ। ਅਸੀਂ ਆਏ ਸੀਗੇ ਵਾਟਰ ਵਰਕਸ ਦੇ ਵਿੱਚ, ਸੰਘਰਾਹੂਰ ਦੇ ਵਿੱਚ। ਆਹ ਪਾਣੀ ਖੜ੍ਹਾ ਵਾਟਰ ਵਰਕਸ ਦੇ ਵਿੱਚ, ਅਤੇ ਸਾਡਾ ਮੋਟਰਸਾਈਕਲ ਉਹ ਖੜ੍ਹਾ, ਆਹ ਪਾਣੀ ਭਰੀ ਜਾਂਦੇ ਹਾਂ। ਇਸ ਤੋਂ ਬਾਅਦ ਆਹ ਦੇਖੋ ਜੀ ਇੱਧਰ, ਅਤੇ ਅੱਜ ਕੰਮ ਦੇ ਵਿੱਚ ਸਾਡੇ ਤੋਂ ਵਲੋਗ ਸ਼ੁਰੂ ਹੀ ਨਹੀਂ ਕੀਤਾ ਗਿਆ, ਅਤੇ ਹੁਣ ਆਪਾਂ ਫ੍ਰੀ ਹੋਏ ਸੀਗੇ ਅਤੇ ਹੁਣ ਆਪਾਂ ਵਲੋਗ ਸ਼ੁਰੂ ਕਰਤਾ। ਅਤੇ ਆਪਾਂ ਜਿੰਨਾ ਕੁ ਹੋਇਆ ਆਪਾਂ ਸ਼ਾਮ ਤੱਕ ਬਣਾਵਾਂਗੇ ਵਲੋਗ। ਅੱਜ ਘਰ ਹੀ ਆਪਾਂ ਕੰਮ ਕਰਦੇ ਰਹੇ, ਅੱਜ ਸੀਗਾ ਸੰਡੇ ਐਤਵਾਰ ਦਾ ਦਿਨ, ਅਤੇ ਤਾਂ ਕਰਕੇ ਜੀ ਅੱਜ ਆਪਾਂ ਘਰ ਆਪਾਂ ਨਵੀਂ ਪੌੜੀ ਤਿਆਰ ਕੀਤੀ ਆ ਘਰ। ਸਾਡੇ ਤਾਂ ਪੌੜੀ ਵੀ ਹੈ ਨਹੀਂ ਸੀਗੀ, ਪੌੜੀ ਪੂੜੀ ਤਿਆਰ ਕਰਕੇ ਤਾਂ ਕਰਕੇ ਜੀ ਉੱਧਰ ਬੀਜੀ ਸੀਗੇ ਵਾਲੇ, ਅਤੇ ਆਪਾਂ ਵਲੋਗ ਸ਼ੁਰੂ ਤਾਂ ਹੀ ਅੱਜ ਸ਼ਾਮ ਨੂੰ ਕੀਤਾ, ਨਹੀਂ ਤਾਂ ਸਟਾਰਟ ਤਾਂ ਆਪਾਂ ਸੁਬਾਹ ਤੋਂ ਹੀ ਕਰ ਦਿੰਦੇ। ਅਤੇ ਚਲੋ ਹੁਣ ਸ਼ਾਮ ਤੱਕ ਦੇਖਦੇ ਹਾਂ ਜੋ ਬਣਦਾ, ਬਣੇ ਰਹੋ ਆਪਣੇ ਸ਼ਾਮ ਤੱਕ ਵਲੋਗ ਦੇ ਨਾਲ, ਠੀਕ ਹੈ ਜੀ। ਹਾਂਜੀ ਮਿੱਤਰੋ, ਆਪਾਂ ਮੇਜਰ ਨੂੰ ਛੱਡਣ ਗਏ ਸੀਗੇ ਜੀ ਡੋਰ, ਅਤੇ ਡੋਰ ਛੱਡਣ ਤੋਂ ਬਾਅਦ ਆਪਾਂ ਇੱਕ ਤੁਹਾਨੂੰ ਚੀਜ਼ ਦਿਖਾਉਂਦੇ ਹਾਂ, ਅਲੌਕਿਕ ਨਜ਼ਾਰਾ। ਨਜ਼ਾਰਾ ਕੀ ਆ, ਆਹ ਦੇਖੋ ਕਿੱਡਾ ਸੋਹਣਾ ਸੁਣਾ। ਆਪੇ ਉਹ ਜਮ੍ਹਾਂ ਲਾਲ ਹੋਇਆ ਪਿਆਣਾ, ਸਿਰਾ ਹੀ ਲੱਗਿਆ ਪਿਆ। ਅਤੇ ਆਪਾਂ ਹੁਣ ਚੱਲੇ ਹਾਂ ਘਰ, ਅਤੇ ਮੈਂ ਤਾਂ ਚਲਾ ਗਿਆ ਸੀਗਾ ਮੇਜਰ ਨੂੰ ਛੱਡਣ, ਕਿਉਂਕਿ ਮੇਜਰ ਸੀਗਾ ਆਪਣੇ ਕੋਲ, ਅੱਜ ਐਤਵਾਰ ਦੀ ਛੁੱਟੀ ਸੀ, ਉਹਨੂੰ ਆਪਣੇ ਕੋਲ ਆ ਗਿਆ ਸੀਗਾ। ਅਤੇ ਆਪਾਂ ਬਣਾਈ ਸੀ ਪੌੜੀ, ਤਾਂ ਕਰਕੇ ਇੱਕ ਹੋਰ ਚੀਜ਼ ਦਿਖਾਉਣੀ ਆ ਤੁਹਾਨੂੰ। ਆਹ ਦੇਖੋ ਜੀ ਉਹ ਵਾਲੀ, ਆਹ ਜਿਹੜੀ ਖੜੀ ਆ, ਆਹ ਦੇਖੋ ਜੀ ਅਚਾਰ ਪਾ ਰਹੇ ਹੈਗੇ, ਉੱਧਰ ਪਰਲੇ ਪਾਸੇ ਮਸ਼ੀਨ ਖੜ੍ਹੀ ਹੋਈ ਆ। ਚਲੋ ਠੀਕ ਹੈ ਜੀ, ਅੱਗੇ ਦੇਖਦੇ ਕੀ ਬਣਦਾ, ਘਰ ਜਾ ਕੇ ਬਣਦਾ ਵੇਖਦੇ ਕੀ ਆ। ਹਾਂਜੀ ਮਿੱਤਰੋ, ਆਪਾਂ ਹੈਗੇ ਹਾਂ ਘਰ, ਅਤੇ ਜਿਸ ਕਾਰਨ ਦੀਆਂ ਹੋਈ ਜਾਂਦੀਆਂ ਜੂੜੀਆਂ, ਕਿਉਂਕਿ ਆਪਾਂ ਜਾਣਾ ਡਾਕਟਰ ਕੋਲ, ਅਤੇ ਇਹਨੂੰ ਲੱਗੀ ਹੋਈ ਆ ਖੰਘ ਕੱਲ੍ਹ ਦੀ, ਅਤੇ ਆਪਾਂ ਜਾਣਾ ਡਾਕਟਰ ਕੋਲ। ਅਤੇ ਸਾਡਾ ਜਿਹੜਾ ਦੂਜਾ ਛੋਟਾ ਬੱਚਾ ਹੈ ਸਾਡਾ ਜਨਾਬ ਸਾਹਿਬ, ਉਹ ਅੰਦਰ ਪਏ ਹੋਏ ਆ, ਉਹ ਅੰਦਰ ਪਏ ਹੋਏ ਆ। ਅਤੇ ਨਾਨੀ ਸਾਡੀ ਵਿਚਾਰੀ ਚੌਲੇ ਕੱਢੀ ਜਾਂਦੀ ਆ ਸਬਜ਼ੀ ਵਾਸਤੇ, ਆਹ ਸਾਡਾ ਛੋਟਾ ਇੱਥੇ ਪਿਆ ਹੋਇਆ। ਅਤੇ ਹੁਣ ਆਪਾਂ ਚੱਲੇ ਹਾਂ ਡਾਕਟਰ ਕੋਲ, ਅਤੇ ਦੇਖਦੇ ਹਾਂ ਕੀ ਕਹਿੰਦੇ ਆ ਡਾਕਟਰ ਖੰਘ ਨੂੰ, ਅਤੇ ਦਵਾਈ ਲੈ ਕੇ ਆਉਣੀ ਆ ਜਾ ਕੇ ਖੰਘ ਦੀ ਇਹਦੀ। ਚਲੋ ਠੀਕ ਆ ਜੀ, ਚੱਲਦੇ ਹਾਂ ਆਪਾਂ ਡਾਕਟਰ ਕੋਲ, ਦੇਖਦੇ ਹਾਂ ਕੀ ਬਣਦਾ। ਮਿੱਤਰੋ ਆਪਾਂ ਆ ਗਏ ਜੀ ਦਵਾਈ ਲੈ ਕੇ, ਅਤੇ ਹੁਣ ਜਿਸ ਕਾਰਨ ਸੀਗਾ ਸਾਡਾ ਕੰਮ ਲਿਖੀ ਜਾਂਦਾ, ਆਹ ਦੇਖੋ ਜੀ ਠੀਕ ਹੈ ਜੀ। ਅਤੇ ਇਹਨੇ ਕਿਉਂਕਿ ਕੱਲ੍ਹ ਨੂੰ ਜਾਣਾ ਸਕੂਲ,
ਅੱਜ ਸਾਰੀ ਦਿਹਾੜੀ ਦਿਨੇ ਖੇਡਦਾ ਰਿਹਾ, ਛੁੱਟੀ ਸੀਗੀ ਤਾਂ ਕਰਕੇ ਜੀ। ਅਤੇ ਆਹ ਦੇਖੋ ਜੀ ਹੁਣ ਕੰਮ ਲਿਖੀ ਜਾਂਦਾ। ਅਤੇ ਅੱਜ ਲਈ ਦੋਸਤੋ ਇੰਨਾ ਹੀ, ਅਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਆ ਕਰੋ, ਅਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਤੇ ਧੰਨਵਾਦ ਜੀ, ਮਿਹਰਬਾਨੀ, ਥੈਂਕ ਯੂ।